ਪੰਜਾਬ ਦੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਲਈ ਬਰਨਾਲਾ ਸ਼ਹਿਰ ਵਿੱਚ 3 ਜੂਨ 1984 ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਥਾਪਨਾ ਹੋਈ। ਇਸ ਸੁਸਾਇਟੀ ਨੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕੁ ਜਾਗਰੂਕ ਕੀਤਾ, ਇਸ ਸਭ ਦੀ ਜਾਣਕਾਰੀ ਦੇਣ ਲਈ ਅੱਜ ਸਾਡੇ ਸਟੂਡੀਓ ਵਿੱਚ ਅਵਤਾਰ ਗਿੱਲ ਜੀ ਪਹੁੰਚੇ ਹਨ, ਜੋ ਕਿ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਹਨ ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਨ ਗੁਰਪ੍ਰੀਤ ਸਿੰਘ ਜੀ। ਨਾ ਜਾ ਮੰਦਰੀ ਨਾ ਜਾ ਮਸੀਤੀ, ਜੋ ਮੌਲੇ ਕੋਲੋਂ ਮੰਗਦਾ ਹੈ ਉਹ ਡੌਲੇ ਕੋਲੋਂ ਮੰਗ। 3 ਜੂਨ 1984 ਦਾ ਦਿਨ ਬੜਾ ਇਤਿਹਾਸਿਕ ਦਿਨ ਹੋ ਨਿਬੜਿਆ। ਉਸ ਦਿਨ ਪੰਜਾਬ ਦੇ ਵਿੱਚ ਲੋਕਾਂ ਨੂੰ ਵਹਿਮਾਂ ਭਰਮਾਂ 'ਚੋਂ ਕੱਢਣ ਲਈ, ਅੰਧ ਵਿਸ਼ਵਾਸਾਂ 'ਚੋਂ ਕੱਢਣ ਦੀ ਖਾਤਰ ਇੱਕ ਅੱਗੇ ਵਧੂ ਲਹਿਰ ਦਾ ਮੁੱਢ ਬੰਨਿਆ ਗਿਆ। ਉਸ ਦਿਨ ਤਰਕਸ਼ੀਲ ਸਭਾ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਉਹ ਦੌਰ ਸੀ ਜਦੋਂ ਪੰਜਾਬ ਵਿੱਚ ਆਤਵਾਦ ਦੀ ਹਵਾ ਝੂਲ ਰਹੀ ਸੀ ਔਰ ਦੂਜੇ ਪਾਸੇ ਸਰਕਾਰੀ ਜ਼ਬਰ ਵੀ ਜਾਰੀ ਸੀ। ਅਜਿਹੇ ਭਿਆਨਕ ਦੌਰ ਵਿੱਚ ਤਰਕਸ਼ੀਲ ਸਭਾ ਹੋਂਦ ਵਿੱਚ ਆਈ। 28 ਵਰ੍ਹੇ ਹੋ ਚੁੱਕੇ ਨੇ ਇਸ ਸਭਾ ਨੇ ਪੰਜਾਬ ਦੇ ਵਿੱਚ ਨਵੀਆਂ ਪੈੜਾਂ ਪਾਈਆਂ ਨੇ, ਲੋਕਾਂ ਨੂੰ ਅੰਧ ਵਿਸ਼ਵਾਸਾਂ 'ਚੋਂ ਕੱਢ ਕੇ ਅਤੇ ਗਿਆਨ ਵੱਲ ਤੱਕਣ ਦੀ ਕੋਸ਼ਿਸ਼ ਕੀਤੀ ਹੈ। ਇਸ ਬਾਰੇ ਵਿੱਚ ਗੱਲਬਾਤ ਕਰਨ ਲਈ ਅੱਜ ਮੈਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਜਾ ਰਿਹਾ ਅਵਤਾਰ ਗਿੱਲ ਜੀ ਨੂੰ, ਜਿਹੜੇ ਤਰਕਸ਼ੀਲ ਸਭਾ ਕੈਨੇਡਾ ਦੇ ਇੱਕ ਸਿਰ ਕੱਢਵੇ ਆਗੂ ਨੇ। ਉਹਨਾਂ ਦੇ ਨਾਲ ਇਸ ਵਿਸ਼ੇ 'ਤੇ ਗੱਲਬਾਤ ਹੋਵੇਗੀ ਕਿ ਤਰਕਸ਼ੀਲ ਸਭਾ ਦਾ 28 ਸਾਲਾ ਸਫ਼ਰ ਕਿਹੋ ਜਿਹਾ ਰਿਹਾ। ਗਿੱਲ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਸਾਨੂੰ ਨਿੱਘੀ ਜੀ ਹੈ। ਧੰਨਵਾਦ ਜੀ, ਥੈਂਕ ਯੂ ਜੀ। ਸੋ ਗਿੱਲ ਸਾਹਿਬ, ਸਭ ਤੋਂ ਪਹਿਲਾਂ ਮੁਬਾਰਕਬਾਦ ਤਰਕਸ਼ੀਲ ਸਭਾ ਦੇ ਸਥਾਪਨਾ ਦਿਵਸ 'ਤੇ, ਔਰ ਨਾਲ ਹੀ ਮੇਰਾ ਸਵਾਲ ਇਹ ਹੈ ਕਿ 3 ਜੂਨ 1984 ਨੂੰ ਜਦੋਂ ਪੰਜਾਬ ਵਿੱਚ ਭਿਆਨਕ ਦੌਰ ਚੱਲ ਰਿਹਾ ਸੀ, ਫਿਰਕਾ ਪ੍ਰਸਤੀ ਦਾ ਬੋਲਬਾਲਾ ਸੀ, ਆਤਵਾਦ ਦਾ ਬੋਲਬਾਲਾ ਸੀ, ਪਿਛਾਕੜ ਜਿਹੜੀਆਂ ਸ਼ਕਤੀਆਂ ਸਨ ਉਹਨਾਂ ਦੀ ਤੂਤੀ ਬੋਲਦੀ ਸੀ, ਉਸ ਦੌਰ ਦੇ ਵਿੱਚ ਤਰਕਸ਼ੀਲ ਲਹਿਰ ਦਾ ਬੂਟਾ ਲਾਇਆ ਗਿਆ। ਸਾਨੂੰ ਦੱਸੋ ਇਹਦੀ ਪਿੱਠ ਭੂਮੀ ਇਹ ਕਿਸ ਤਰ੍ਹਾਂ ਹੋਇਆ? ਸਭ ਤੋਂ ਗੁਰਪ੍ਰੀਤ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਇੱਕ ਐਸਾ ਸਬੱਬ ਸੀ ਜੋ ਤੁਸੀਂ 3 ਜੂਨ ਦਾ ਜ਼ਿਕਰ ਕੀਤਾ ਅਤੇ ਉਦੋਂ ਸਰਕਾਰੀ ਜ਼ਬਰ ਵੀ ਸਿਖਰ 'ਤੇ ਸੀ ਅਤੇ ਹਰਿਮੰਦਰ ਸਾਹਿਬ ਦੁਆਲੇ 1984 ਉਦਣ ਘੇਰਾ ਪਾਇਆ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਜੋ ਕੁਛ ਹੋਇਆ ਉਹ ਆਪਾਂ ਸਾਰੇ ਜਾਣਦੇ ਹਾਂ। ਪਰ ਨਾਲ ਦੀ ਨਾਲ ਹੀ ਇਹ ਦਿਨ ਤਰਕਸ਼ੀਲ ਮੂਵਮੈਂਟ ਦਾ ਮੁੱਢ ਬੰਨਣ ਵਾਲਾ ਦਿਨ ਜਿਹੜਾ ਵੀ ਹੋ ਨਿਬੜਿਆ। ਸੋ ਉਸ ਦਿਨ ਤੋਂ ਲੈ ਕੇ 28 ਸਾਲ ਤੱਕ ਹੁਣ ਦਾ ਜਿਹੜਾ ਸਮਾਂ ਬੀਤਿਆ, ਜਿਹਦੇ ਬਾਰੇ ਤੁਸੀਂ ਗੱਲ ਕੀਤੀ ਹੈ, ਇਹ ਇੱਕ ਬਹੁਤ ਹੀ ਕਠਿਨ ਔਖਾ ਜਿਹੜਾ ਸਮਾਂ ਸੀਗਾ, ਪੈਂਦਾ ਸੀਗਾ, ਜਿਸ ਨੂੰ ਤਰਕਸ਼ੀਲ ਲਹਿਰ ਦੇ ਕਾਰਕੁਨਾਂ ਨੇ ਤੈਅ ਕੀਤਾ ਔਰ ਉਹਦਾ ਮੁੱਢ ਜਿਹੜਾ ਵੱਜਿਆ ਉਹਦੇ ਲਈ ਡਾਕਟਰ ਟੀ ਕਪੂਰ ਨੂੰ ਅਸੀਂ ਯਾਦ ਕਰਾਂਗੇ ਸਭ ਤੋਂ ਪਹਿਲਾਂ, ਜਿਨ੍ਹਾਂ ਨੇ 1963 ਦੇ ਵਿੱਚ ਸ਼੍ਰੀਲੰਕਾ ਦੇ ਵਿੱਚ ਤਰਕਸ਼ੀਲ ਮੂਵਮੈਂਟ ਦਾ ਸਮਝੋ ਝੰਡਾ ਗੱਡਿਆ ਔਰ ਉਹਨਾਂ ਨੇ ਅਜਿਹੇ ਬੁੱਧੀਜੀਵੀ ਪਰਜੀਵੀ ਬੰਦਿਆਂ ਨੂੰ ਚੈਲੇਂਜ ਕੀਤਾ, ਜਿਹੜੇ ਕਿ ਜੋਤਸ਼ੀ ਜਾਂ ਸਿਆਣੇ ਜਾਂ ਤਾਂਤਰਿਕ ਜਾਂ ਜੋ ਵੀ ਸੀ, ਉਹਨਾਂ ਨੂੰ ਚੈਲੇਂਜ ਕੀਤਾ ਔਰ ਉਹਨੇ ਖੁਦ ਪ੍ਰੈਕਟੀਕਲੀ ਆਪਦੇ ਤੌਰ 'ਤੇ ਤਜਰਬੇ ਕਰਕੇ ਉਹਦੇ ਵਿੱਚੋਂ ਦੇਖਿਆ ਕਿ ਜਿਹੜੀਆਂ ਗੱਲਾਂ ਨੇ ਇਹ ਗਲਤ ਨੇ। ਫਿਰ ਉਹਨਾਂ ਨੇ ਚੈਲੇਂਜ ਕਰਕੇ ਜਿਹੜੀ ਨਿਓਂ ਰੱਖੀ ਸੀ ਆਪਦੇ ਜਿਉਂਦੇ ਜੀ, ਫਿਰ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਨੇ ਵੀ ਉਹ ਨਾਮ ਰੱਖਿਆ ਅਤੇ 1984 ਵਿੱਚ ਉਸ ਬੀ ਗਾਨ ਗੋਡਸਮੈਨ ਉਹਨਾਂ ਦੀ ਕਿਤਾਬ ਟੀ ਕਪੂਰ ਦੀ ਨੂੰ ਜਦੋਂ ਪੰਜਾਬੀ ਵਿੱਚ ਟਰਾਂਸਲੇਟ ਕਰਕੇ, ਜਿਹਦੇ ਵਿੱਚ ਸਾਡੇ ਸਾਥੀ ਮੇਘਰਾਜ ਮਿੱਤਰ ਹੋਣੀ ਮੁੱਢਲੇ ਮੈਂਬਰ ਨੇ ਔਰ ਉਸ ਤੋਂ ਬਾਅਦ ਹੋਰ ਨਾਲ ਉਹਨਾਂ ਦੇ ਟੀਮ ਦੇ ਮੈਂਬਰ ਬਣਦੇ ਗਏ ਅਤੇ ਉਹ ਜਿਹੜੀ ਕਿਤਾਬ ਸੀ ਉਸ ਕਿਤਾਬ ਨੇ ਬਹੁਤ ਵੱਡੀ ਪੱਧਰ 'ਤੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਔਰ ਜਿਸ ਜਿਸ ਵਿਅਕਤੀ ਨੇ ਵੀ ਉਹ ਕਿਤਾਬ ਪੜ੍ਹੀ ਉਹਨਾਂ ਦਾ ਨਜ਼ਰੀਆ ਜਿਹੜਾ ਸੀਗਾ ਉਹ ਬਦਲਦਾ ਗਿਆ। ਮਿਸਾਲ ਦੇ ਤੌਰ 'ਤੇ ਮੈਂ ਆਪਦੀ ਗੱਲ ਹੀ ਕਰ ਲੈਂਦਾ ਵੀ ਮੈਂ ਵੀ ਉਸ ਤੋਂ ਪਹਿਲਾਂ ਬੇਸ਼ੱਕ ਮੈਂ ਟ੍ਰੇਡ ਯੂਨੀਅਨ 'ਚ ਕੰਮ ਕਰਦਾ ਸੀ ਪਰ ਮੈਂ ਤਰਕਸ਼ੀਲ ਨਹੀਂ ਸੀਗਾ। ਜਦੋਂ ਮੈਂ ਉਹ ਕਿਤਾਬ ਪੜ੍ਹੀ ਅਤੇ ਮੇਰਾ ਵੀ ਜਿਹੜਾ ਨਜ਼ਰੀਆ ਸੀ ਉਹਦੇ ਨਾਲ ਕਿਤਾਬ ਨਾਲ ਬਦਲਿਆ ਅਤੇ ਮੈਂ ਤਰਕਸ਼ੀਲ ਮੂਵਮੈਂਟ ਦੇ ਨੇੜੇ ਹੁੰਦਾ ਗਿਆ। ਸੋ ਅੱਜ 28 ਸਾਲਾਂ ਦੇ ਵਿੱਚ ਅੱਜ ਤਰਕਸ਼ੀਲ ਲਹਿਰ ਜਿਹੜੀ ਹੈ ਸਮੁੱਚੇ ਸੰਸਾਰ 'ਚ ਫੈਲੀ ਹੋਈ ਹੈ। ਜੇ ਮੈਂ ਇਹ ਕਹਾਂ ਕਿ ਸਾਡੇ ਹਿੰਦੁਸਤਾਨ ਤੋਂ, ਭਾਰਤ ਤੋਂ ਜਾਂ ਖਾਸ ਕਰਕੇ ਪੰਜਾਬ ਤੋਂ ਜਿੱਥੇ ਵੀ ਕਿਤੇ ਲੋਕ ਬੈਠੇ ਆ ਉੱਥੇ ਤਰਕਸ਼ੀਲ ਸਭਾ ਵੀ ਜ਼ਰੂਰ ਬਣੀ ਹੋਈ ਹੈ, ਨਾਲ ਦੇ ਨਾਲ ਕੰਮ ਕਰ ਰਹੀ ਹੈ। ਸੋ ਇਹ ਜਿਹੜਾ 28 ਸਾਲਾਂ ਦਾ ਸਫ਼ਰ ਹੈ, ਸਫ਼ਰ ਸਮਾਂ ਬਹੁਤ ਥੋੜ੍ਹਾ ਹੈ, 28 ਸਾਲ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਕਿਸੇ ਲਹਿਰ ਨੂੰ ਖੜੀ ਕਰਨ ਲਈ, ਪਰ ਇਸ ਸਫ਼ਰ ਦੇ ਇਸ 28 ਸਾਲ ਦੇ ਸਫ਼ਰ ਵਿੱਚ ਜਿਹੜਾ ਜਿੰਨਾ ਕੰਮ ਹੋ ਸਕਿਆ ਜਿੰਨਾ ਕੀਤਾ ਉਹ ਮਿਸਾਲੀ ਕੰਮ ਹੈਗਾ, ਉਹ ਗਿਣਨਯੋਗ ਕੰਮ ਹੈਗਾ ਜੀ। ਸਰ, ਮੈਂ ਤੁਹਾਡੇ ਕੋਲੋਂ ਗੱਲ ਜਾਣਨੀ ਚਾਹੁੰਦਾ ਕਿ ਜਿਵੇਂ
ਤੁਸੀਂ ਜ਼ਿਕਰ ਕੀਤਾ ਦੇਵ ਪੁਰਸ਼ ਹਾਰ ਗਏ ਪੁਸਤਕ ਦਾ, ਮੈਂ ਸਮਝਦਾ ਕਿ ਉਸਨੇ ਪੰਜਾਬ ਦੇ ਲੋਕਾਂ ਦੀ ਸੋਚ ਨਹੀਂ ਬਦਲਤੀ, ਜਿਵੇਂ ਤੁਹਾਡੇ 'ਤੇ ਵੀ ਉਸਦਾ ਅਸਰ ਪਿਆ। ਬਿਲਕੁਲ, ਇਹ ਕੀ ਆਪਣੇ ਆਪ 'ਚ ਵਿਡੰਬਣਾ ਨਹੀਂ ਕਿ ਉਸ ਦੌਰ ਵਿੱਚ ਤਰਕਸ਼ੀਲ ਸਭਾ ਦਾ ਬੂਟਾ ਲੱਗਾ ਜਾਂ ਉਸ ਤੋਂ ਬਾਅਦ ਪੁੱਗ ਰਿਹਾ, ਜਦੋਂ ਫਿਰਕਾ ਪ੍ਰਸਤੀ ਦਾ ਪੂਰਾ ਬੋਲਬਾਲਾ ਸੀ, ਔਰ ਇਹ ਦੋ ਜਿਹੜੀਆਂ ਦੋ ਪੈਰਲਸ ਨੇ, ਇੱਕ ਪਾਸੇ ਅੱਗੇ ਵਧੂ ਤਹਿਰੀਕ ਦਾ ਉਭਾਰ, ਦੂਜੇ ਪਾਸੇ ਫਿਰਕੂ ਤਹਿਰੀਕ ਵੀ ਜਿਹੜੀ ਆ ਉਹ ਵੀ ਜ਼ੋਰ ਫੜ ਰਹੀ ਆ। ਇਸ ਜਿਹੜੇ ਕਿਉਂਕਿ ਜਿਹੜੀ ਵਿਡੰਬਣਾ ਔਰ ਇਸ ਦੇ ਨਾਲ ਹੀ ਇੱਕ ਟਕਰਾਓ ਵੀ ਆ, ਇਹ ਟਕਰਾਓ ਵਿੱਚੋਂ ਜਿਹੜੇ ਅੱਤਵਾਦ ਦੇ ਦੌਰ ਦੌਰਾਨ ਤਰਕਸ਼ੀਲ ਸਭਾ ਨੇ ਕਿਵੇਂ ਸਰਵਾਈਵ ਕੀਤਾ, ਇਹਦੇ ਬਾਰੇ ਜ਼ਰੂਰ ਦੱਸੋ। ਗੁਰਪ੍ਰੀਤ ਜੀ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ, ਔਕੜਾਂ ਆਉਂਦੀਆਂ ਨੇ, ਉਸ ਪਹਿਲੇ ਸਮੇਂ ਦੇ ਵਿੱਚ ਧਮਕੀਆਂ ਬਹੁਤ ਆਉਂਦੀਆਂ ਸੀ ਔਰ ਕਈ ਥਾਈਂ ਝੜਪਾਂ ਵੀ ਹੋਈਆਂ, ਔਰ ਇਸ ਗੱਲ ਨੂੰ ਤੁਹਾਨੂੰ ਪਤਾ ਹੈ ਕਿ ਪਹਿਲਾਂ ਲੋਕ ਵਿਰੋਧ ਕਰਦੇ ਆ, ਤੁਹਾਡੀ ਕਿਸੇ ਵੀ ਗੱਲ ਦਾ ਵਿਰੋਧ ਕਰਦੇ ਆ, ਫਿਰ ਉਹ ਤੁਹਾਡੀ ਗੱਲ ਸੁਣਦੇ ਨੇ, ਫਿਰ ਤੁਹਾਡੇ ਨਾਲ ਉਹ ਤੁਰਦੇ ਨੇ। ਸੋ ਤਿੰਨ ਸਟੈਪ ਹੁੰਦੇ ਆ, ਸੋ ਤਿੰਨੋਂ ਸਟੈਪ ਜਿਹੜੇ ਸੀਗੇ ਉਹਨਾਂ 'ਚੋਂ ਅਸੀਂ ਲੰਘੇ ਹਾਂ, ਔਰ ਬਹੁਤ ਵੱਡੀਆਂ ਵੱਡੀਆਂ ਧਮਕੀਆਂ ਆਈਆਂ, ਕੋਈ ਸਾਡੇ ਦੋਸਤਾਂ ਨੂੰ ਜਾਨ ਵੀ ਤੋਂ ਹੱਥ ਵੀ ਧੋਣੇ ਪਏ ਆ, ਇਹਨਾਂ ਨੂੰ ਆਪਣੀ ਜਾਨ ਦੇਣੀ ਪਈ ਹੈ। ਇਹ ਇਸ ਤਾਂ ਇਸ ਗੱਲ ਦੇ ਬਾਵਜੂਦ, ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਫਿਰਕਾ ਪਾਸੇ ਦਾ ਦੌਰ ਸੀ ਅਤੇ ਉਹਦੇ ਵਿੱਚ ਇਹ ਗੱਲ ਲਹਿਰ ਨੂੰ ਉੱਭਰਨਾ ਜਿਹੜਾ ਹੈਗਾ ਉਹਦਾ ਇੱਕ ਬਹੁਤ ਵੱਡੀ ਗੱਲ, ਮੈਂ ਸਮਝਦਾ ਬਿਲਕੁਲ ਠੀਕ ਗੱਲ ਹੈ, ਔਰ ਇਹਦੇ ਲਈ ਤਰਕਸ਼ੀਲ ਮੂਵਮੈਂਟ ਦਾ ਜਿਹੜੀ ਵਿਚਾਰਧਾਰਕ ਗੱਲ ਸੀ, ਮੈਂ ਸਮਝਦਾ ਵੀ ਉਹਦੇ ਜਿਹੜੀ ਵਿਚਾਰਾਂ ਦੀ ਗੱਲ ਸੀ ਉਹਨੇ ਹੀ ਅੱਗੇ ਜਿਹੜੇ ਵਿਚਾਰ ਜਿਹੜੇ ਤਰਕਸ਼ੀਲ ਨੇ ਉਹ ਅੱਗੇ ਵਧੇ ਹੈ, ਅਤੇ ਤਾਂ ਕਰਕੇ ਜਿਹੜੀ ਇਹ ਗੱਲ ਉਹ ਮੁਕਾਬਲਾ ਜਿਹੜਾ ਉਹਦਾ ਹੋ ਸਕਿਆ, ਨਹੀਂ ਤਾਂ ਬੜਾ ਮੁਸ਼ਕਲ ਸੀ। ਜੇ ਵਿਚਾਰਧਾਰਕ ਤੌਰ 'ਤੇ ਕਮਜ਼ੋਰੀ ਹੁੰਦੀ ਤਾਂ ਹੋ ਸਕਦਾ ਵੀ ਗੱਲ ਇਹ ਨਕਲੀ ਜਾਂਦੀ। ਤਰਕਸ਼ੀਲ ਸਭਾ ਸਾਹਮਣੇ ਅੱਜ ਤੱਕ ਸਭ ਤੋਂ ਵੱਡਾ ਚੈਲੰਜ ਕਿਹੜਾ ਰਿਹਾ 28 ਸਾਲਾਂ ਦੌਰਾਨ? ਇੱਕ ਤਾਂ ਬਾਬਿਆਂ ਦੀ ਬੋਲਬਾਲਾ ਤਾਂ ਹੈ ਹੀ ਜੀ, ਜੋਤਸ਼ੀਆਂ ਦੀ ਦੁਕਾਨਦਾਰਾਂ ਵੀ ਦੁਕਾਨਦਾਰੀਆਂ ਵੀ ਚੱਲਦੀਆਂ, ਉਹ ਵੀ ਸਾਡੇ ਸਾਹਮਣੇ ਆ ਜੀ, ਪਰ ਜਿਵੇਂ ਇੱਕ ਤਰਕਸ਼ੀਲ ਅਕੀਦੇ ਦੇ ਤੌਰ 'ਤੇ ਨਾਸਤਿਕ ਹੈ ਕੋਈ ਵੀ ਤਰਕਸ਼ੀਲ ਕਾਰਕੁਨ, ਰਾਈਟ, ਇਸ ਸਵਾਲ ਨੂੰ ਲੈ ਕੇ ਵੀ ਬਹੁਤ ਲੋਕ ਜਿਹੜੇ ਨੇ ਪ੍ਰਤੀਕਰਮ ਕਰਦੇ ਨੇ ਜੀ। ਸੋ ਤੁਸੀਂ ਕੀ ਸਮਝਦੇ ਹੋ ਕਿ ਸਭ ਤੋਂ ਵੱਡੀ ਚੁਣੌਤੀ ਕੀ ਹੈ? ਸਭ ਤੋਂ ਵੱਡੀ ਚੁਣੌਤੀ ਗੁਰਪ੍ਰੀਤ ਜੀ, ਜਦੋਂ ਸਾਨੂੰ ਕੋਈ ਸਵਾਲ ਐਸੇ ਆਉਂਦੇ ਆ ਜਿਨ੍ਹਾਂ ਦੇ ਬਾਰੇ ਪੁੱਛਿਆ ਜਾਂਦਾ ਵੀ ਤੁਸੀਂ ਇਹਦਾ ਜਵਾਬ ਤਰਕਸ਼ੀਲ ਐਂਗਲ ਤੋਂ ਕਿਵੇਂ ਦੇਣਾ ਚਾਹੁੰਦੇ ਹੋ, ਅਤੇ ਉਦੋਂ ਉਹ ਮਸਲਾ ਜੇਕਰ ਧਰਮ ਨਾਲ ਜੁੜਿਆ ਹੋਵੇ ਤਾਂ ਉਹ ਸਭ ਤੋਂ ਵੱਡੀ ਜਿਹੜੀ ਔਖਿਆਈ ਦਾ ਸਮਾਂ ਹੁੰਦਾ ਹੈ। ਉਸ ਸਮੇਂ ਤੁਸੀਂ ਗੱਲ ਵੀ ਠੀਕ ਤਰ੍ਹਾਂ ਕਹਿਣੀ, ਆਪਣੀ ਗੱਲ ਨੂੰ ਵਿਗਿਆਨਕ ਰੂਪ ਵਿੱਚ ਪੇਸ਼ ਵੀ ਕਰਨਾ, ਅਤੇ ਤੁਸੀਂ ਇਸ ਗੱਲ ਨੂੰ ਵੀ ਧਿਆਨ 'ਚ ਰੱਖਣਾ ਵੀ ਲੋਕਾਂ ਨੂੰ ਦੇ ਸੈਂਟੀਮੈਂਟ ਜਿਹੜੇ ਨੇ, ਲੋਕਾਂ ਦੇ ਜਜ਼ਬਾਤਾਂ ਨੂੰ ਵੀ ਠੇਸ ਜਿਹੜੀ ਹੈ ਨਾ ਪਹੁੰਚੇ, ਉਦੋਂ ਬੜਾ ਤੁਹਾਨੂੰ ਬੈਲੈਂਸ ਹੋ ਕੇ ਚੱਲਣਾ ਪੈਂਦਾ। ਸਭ ਤੋਂ ਇਹ ਸਮਾਂ ਜਿਹੜਾ ਮੈਂ ਸਮਝਦਾ ਸਖ਼ਤ ਸਮਾਂ ਹੁੰਦਾ ਸਾਡੇ ਇਮਤਿਹਾਨ ਦਾ ਅਤੇ ਉਹਦਾ, ਔਰ ਕਈ ਵਾਰੀ ਤੁਹਾਨੂੰ ਵੀ ਪਤਾ ਅਤੇ ਆਪਾਂ ਇਹਨਾਂ ਇਮਤਿਹਾਨਾਂ 'ਚੋਂ ਲੰਘੇ ਵੀ ਹਾਂ ਜੀ। ਇੱਕ ਜਿਹੜੀ, ਕਿਉਂਕਿ ਮੈਂ ਜਿਹੜਾ ਸਵਾਲ ਸ਼ੁਰੂ ਉੱਥੋਂ ਕੀਤਾ ਸੀ ਫਿਰਕਾ ਪ੍ਰਸਤੀ ਦੇ ਕੰਟੈਕਸਟ 'ਚੋਂ ਜੀ, ਕਿ ਜਿਹੜਾ ਹੁਣ ਵੀ ਪਿੱਛੇ ਜੇ ਅਸੀਂ ਵੇਖਿਆ ਕਿ ਡੇਰਾ ਸੱਚੇ ਸੌਦੇ ਦਾ ਜਿਹੜਾ ਰੌਲਾ ਪਿਆ ਜੀ, ਜਿਸ ਦੇ ਵਿੱਚ ਇੱਕ ਪਾਸੇ ਕੱਟੜਪੰਥੀ ਸਿੰਘ ਜਥੇਬੰਦੀਆਂ ਨੇ, ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਪੈਰੋਕਾਰ, ਹਾਂਜੀ, ਜਦੋਂ ਕਿ ਡੇਰਾ ਸੱਚਾ ਸੌਦੇ ਦੀ ਦੇ ਜਿਹੜੇ ਮੁਖੀ ਦੇ ਜਿਹੜੇ ਕਾਲੇ ਕਾਰਨਾਮਿਆਂ ਦਾ ਚਿੱਠਾ ਸਭ ਤੋਂ ਪਹਿਲਾਂ ਤਰਕਸ਼ੀਲਾਂ ਨੇ ਕੱਢਿਆ, ਬਿਲਕੁਲ, ਜਾਂ ਤਰਕਸ਼ੀਲਾਂ ਨੇ ਪਰਦਾਫਾਸ਼ ਕੀਤਾ ਜੀ, ਬਾਅਦ 'ਚ ਗੱਲ ਇਹ ਹੋਈ ਕਿ ਤਰਕਸ਼ੀਲ ਤਾਂ ਹਾਸ਼ੀਏ 'ਤੇ ਰਹਿ ਗਏ, ਲੜਾਈ ਮੁੱਖ ਤੌਰ 'ਤੇ ਕੱਟੜਪੰਥੀਆਂ ਦੀ ਅਤੇ ਡੇਰਾ ਸੱਚੇ ਸੌਦੇ ਦੇ ਪੈਰੋਕਾਰਾਂ ਦੇ ਵਿਚਕਾਰ ਹੋਣੀ ਪਈ, ਬਿਲਕੁਲ ਜੀ। ਇਹ ਆਪਣੇ ਆਪ ਵਿੱਚ ਜਿਹੜਾ ਇੱਕ ਜਿਹੜੀ ਚੁਣੌਤੀ ਸੀ, ਇਸ ਵਿੱਚੋਂ ਤੁਸੀਂ ਕਿਵੇਂ ਲੰਘੇ ਆ, ਕਿਸ ਤਰ੍ਹਾਂ ਦੀਆਂ ਔਕੜਾਂ ਸਾਹਮਣੇ ਆਈਆਂ? ਦੇਖੋ, ਜਦੋਂ ਇਹ ਚੁਣੌਤੀ ਪਹਿਲਾਂ 2004 ਵਿੱਚ ਇਹ ਗੱਲ ਜਦੋਂ ਬਾਹਰ ਆਉਂਦੀ ਹੈ ਅਤੇ ਸਾਡੇ ਤਰਕਸ਼ੀਲ ਇੱਕ ਮੈਂਬਰ ਨੂੰ ਜਿਹੜੀ ਉਹ ਗੁਪਤ ਚਿੱਠੀ ਨਿਕਲੀ ਸੀ ਬਾਹਰ ਸੱਚੇ ਸੌਦੇ ਡੇਰੇ ਦੇ ਮੁਖੀ ਦੇ ਖਿਲਾਫ, ਉਹ ਸਾਡੇ ਤਰਕਸ਼ੀਲ ਮੈਂਬਰ ਨੂੰ ਰਾਜਾ ਰਾਮ ਹੰਡਿਆਇਆ ਨੂੰ ਮਿਲੀ, ਔਰ ਉਸ ਚਿੱਠੀ ਨੂੰ ਉਸਨੇ ਆਪਣੇ ਕਿਸੇ ਜਾਣ ਪਛਾਣ ਵਾਲੇ ਬੰਦੇ ਨੂੰ ਦਿਖਾਇਆ ਵੀ ਦੇਖੋ ਤੁਸੀਂ ਡੇਰੇ ਜਾਂਦੇ ਹੋ, ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹੋ, ਵੀ ਆਹ ਚਿੱਠੀ ਮੇਰੇ ਕੋਲ ਪਹੁੰਚੀ ਹੈ, ਆਹ ਕੁਛ ਉੱਥੇ ਹੋ ਰਿਹਾ ਵੀ ਆਪਾਂ ਤੁਸੀਂ ਜੇ ਇਸ ਤੋਂ ਬਚ ਜਾਵੋ ਤਾਂ ਚੰਗਾ। ਉਹਦਾ ਪ੍ਰਤੀਕਰਮ ਬਹੁਤ ਉਲਟ ਹੋਇਆ, ਉਹਨਾਂ ਨੇ ਜਾ ਕੇ ਡੇਰੇ 'ਚ ਗੱਲ ਕੀਤੀ ਵੀ ਆਹ ਤਰਕਸ਼ੀਲ ਜਿਹੜੇ ਨੇ ਉਹ ਇਹ ਚਿੱਠੀਆਂ ਵੰਡ ਰਹੇ ਨੇ, ਅਤੇ ਉਹਨਾਂ ਸਾਡੇ ਉਹਨਾਂ ਦੋਸਤਾਂ ਨੂੰ ਉੱਥੇ ਪੰਚਾਇਤ ਵਿੱਚ ਬੁਲਾ ਕੇ, ਜਿਵੇਂ ਉੱਥੇ ਹਰਿਆਣੇ ਦਾ ਰਿਵਾਜ਼ ਹੈ ਵੀ ਪੰਚਾਇਤਾਂ 'ਚ ਬੁਲਾਇਆ ਜਾਂਦਾ, ਉੱਥੇ ਬੁਲਾ ਕੇ ਉਹਨਾਂ ਨੂੰ ਉਹਨਾਂ ਦੇ ਨਾਲ ਮਾਰ ਕੁਟਾਈ ਵੀ ਕੀਤੀ ਔਰ ਉਹਨਾਂ ਨੂੰ ਦਬਕਾਇਆ ਵੀ ਗਿਆ ਅਤੇ ਉਹਨਾਂ ਨੂੰ ਦਬਾਇਆ ਵੀ ਗਿਆ। ਪਰ ਸਮਾਂ ਐਸਾ ਹੈ ਕਿ ਅਸੀਂ ਉੱਥੋਂ ਫਿਰ ਇੱਥੇ ਬੈਠਿਆਂ ਨੇ ਵੀ ਅਤੇ ਪੰਜਾਬ ਵਾਲਿਆਂ ਨੇ ਵੀ ਅਸੀਂ ਉਸ ਗੱਲ ਨੂੰ ਬਕਾਇਦਾ ਆਪਣੇ ਤਰਕਸ਼ੀਲ ਐਂਗਲ ਤੋਂ ਉਸ ਗੱਲ ਨੂੰ ਪੂਰਾ ਤੌਰ 'ਤੇ ਅੱਗੇ ਲੈ ਕੇ ਆਉਂਦਾ, ਅਸੀਂ ਉਸ ਗੱਲ ਦੇ ਖਿਲਾਫ ਬੋਲੇ, ਡਟ ਕੇ ਬੋਲੇ, ਅਖਬਾਰਾਂ 'ਚ ਵੀ ਲਿਖਿਆ, ਅਸੀਂ ਆਪਣੇ ਚੈਲੇਂਜ ਵੀ ਦਿੱਤੇ, ਅਸੀਂ ਕਿਹਾ ਵੀ ਇਹ ਗੱਲ ਜੇਕਰ ਜਿਵੇਂ ਮਿਸਾਲ ਦੇ ਤੌਰ 'ਤੇ ਉਹਨਾਂ ਨੇ ਕਿਹਾ ਸੀ ਵੀ ਸਾਡੇ ਤੁਹਾਡੇ ਵਿੱਚ ਕੋਈ ਚੜਾਵਾ ਨਹੀਂ ਚੜ੍ਹਦਾ,
ਅਸੀਂ ਕਹਿੰਦੇ 500 acres ਜ਼ਮੀਨ ਜਿਹੜੀ ਆ ਫਿਰ ਕਿਵੇਂ ਬਣ ਗਈ ਬਿਨਾਂ ਚੜ੍ਹਾਵੇ ਤੋਂ ਵੀ ਇਹ ਉਹਦਾ ਕੋਈ ਨਾ ਕਿਸੇ ਨਾ ਕਿਸੇ ਰੂਪ 'ਚ ਤਾਂ ਪੈਸਾ ਜਾਂਦਾ ਕੋਈ ਨਾ ਕੋਈ ਤਾਂ ਗੱਲ ਹੈ। ਸੋ ਜਦੋਂ ਦਲੀਲ ਨਾਲ ਲੌਜਿਕ ਨਾਲ ਜਦੋਂ ਤੁਸੀਂ ਗੱਲ ਕਰਦੇ ਹੋ ਫਿਰ ਤੁਹਾਡੀ ਗੱਲ ਜਿਹੜੀ ਹੈਗੀ ਉਹ ਅਸਰ ਕਰਦੀ ਹੈ। ਉਸ ਤੋਂ ਅਸੀਂ ਜਦੋਂ ਕਾਫੀ ਟਾਈਮ ਲੱਗਿਆ ਨਿਕਲਣ ਦਾ ਸੰਭਲੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਹੋਰ ਜਿਹੜਾ ਇੱਧਰ ਟਕਰਾਅ ਤੁਸੀਂ ਜਿਹੜਾ ਜ਼ਿਕਰ ਕੀਤਾ ਹੈਗਾ ਉਹ ਟਕਰਾਅ ਫਿਰ ਦੂਸਰੇ ਗਰੁੱਪ ਵਿੱਚ ਜਦੋਂ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਦਾ ਸਵਾਗ ਰਚ ਕੇ ਉਹ ਜਾਮੇ ਇਨਸਾ ਪਲਾਉਣ ਦੀ ਗੱਲ ਆਈ ਤਾਂ ਫਿਰ ਇੱਧਰੋਂ ਟਕਰਾਅ ਜਿਹੜਾ ਇਹਨਾਂ ਦਾ ਸੀ। ਉਸ ਵਕਤ ਵੀ ਅਸੀਂ ਬੜੀ ਠੀਕ ਅਪਰੋਚ ਰੱਖੀ, ਅਸੀਂ ਆਰਟੀਕਲ ਲਿਖ ਕੇ ਇਹ ਗੱਲ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਬਕਾਇਦਾ ਇਹ ਆਰਟੀਕਲ ਲਿਖ ਕੇ ਮੈਗਜ਼ੀਨ 'ਚ ਲਾਇਆ ਕਿ ਕਿਸੇ ਨੂੰ ਵੀ ਕਿਸੇ ਥਾਂ 'ਤੇ ਜਾਣ ਦਾ ਜਾਂ ਮੰਨਣ ਦਾ ਜਿਹੜਾ ਆਪਣਾ ਆਪਣਾ ਅਧਿਕਾਰ ਹੈ ਅਤੇ ਕਿਸੇ ਨੂੰ ਰੋਕਣ ਦਾ ਕੋਈ ਹੱਕ ਨਹੀਂ ਬਣਦਾ। ਠੀਕ ਹੈ, ਗਲਤ ਗੱਲ ਦੀ ਉਹਨੂੰ ਗਲਤ ਕਹਿਣਾ ਹਰ ਇੱਕ ਦਾ ਹੱਕ ਹੈ, ਉਹਨੂੰ ਗਲਤ ਕਿਹਾ ਜਾਣਾ ਚਾਹੀਦਾ, ਪਰ ਡਾਂਗ ਕਿਸੇ ਦੇ ਹੱਥ 'ਚ ਵੀ ਜਿਹੜੀ ਹੈ ਚੰਗੀ ਨਹੀਂ ਲੱਗਦੀ, ਚਾਹੇ ਉਹ ਡੇਰੇ ਵਾਲਾ ਕੰਮ, ਜੇ ਡੇਰੇ ਵਾਲੇ ਗਲਤ ਕਰਤੂਤਾਂ ਕਰਦੇ ਆ ਤਾਂ ਉਹਨਾਂ ਦੀਆਂ ਵੀ ਕਰਤੂਤਾਂ ਨੰਗੀਆਂ ਹੋਣ ਚਾਹੀਦੀਆਂ। ਪਰ ਜੇ ਕੋਈ ਇਸ ਨੂੰ ਇਸ ਤਰ੍ਹਾਂ ਲੈਂਦਾ ਤਾਂ ਇਹ ਧਾਰਮਿਕ ਲੜਾਈ ਬਣਾ ਕੇ ਵੀ ਇਸ ਨੂੰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਵੀ ਸਾਨੂੰ ਬੈਲੈਂਸ ਅਪਰੋਚ ਰੱਖਣੀ ਚਾਹੀਦੀ ਹੈ। ਸੋ ਅਸੀਂ ਉਹਦੇ 'ਚ ਵੀ ਪੂਰੀ ਬੈਲੈਂਸ ਅਪਰੋਚ ਰੱਖ ਕੇ ਚੱਲੇ ਹਾਂ। ਜਿਹੜਾ ਟਕਰਾਓ ਡੇਰਾ ਸੱਚੇ ਸੌਦੇ ਦਾ ਅਤੇ ਕੱਟੜਪੰਥੀਆਂ ਦੇ ਵਿਚਕਾਰ ਹੋਇਆ ਜੀ, ਉਹ ਗੱਲ ਸਾਡੀ ਸਮਝ ਪੈਂਦੀ ਹੈ। ਨਾਲੇ ਜਦੋਂ ਤਰਕਸ਼ੀਲ ਸਭਾ ਨੇ ਪਹਿਲੀ ਵਾਰ ਡੇਰੇ ਦੇ ਮੁਖੀ ਦੇ ਕਾਰਨਾਮਿਆਂ ਦਾ ਪਰਦਾਫਾਸ਼ ਕੀਤਾ ਉਸ ਵੇਲੇ ਹਕੀਕਤ ਹੈ ਕਿ ਅਕਾਲੀ ਦਲ ਵਾਲੇ ਰਾਦਰ ਡੇਰੇ ਦੇ ਨਾਲ ਸੀਗੇ ਬਿਲਕੁਲ, ਔਰ ਸੀ ਬੀ ਆਈ ਜਾਂਚ ਦੇ ਖਿਲਾਫ਼ ਜਿਹੜੇ ਮੁਜ਼ਾਹਰੇ ਹੋਏ ਉਸ ਵਿੱਚ ਸ਼ਾਮਿਲ ਵੀ ਹੋਏ। ਹਾਂਜੀ, ਸੋ ਕਹਿਣ ਦਾ ਮਤਲਬ ਇਹ ਕਿ ਜਿਹੜੀਆਂ ਪਾਰਟੀਆਂ ਨੇ ਬਾਅਦ 'ਚ ਇਤਰਾਜ਼ ਕੀਤਾ ਉਸ ਸੁਹਾਗ ਵਾਲੀ ਘਟਨਾ ਨੂੰ ਲੈ ਕੇ ਜੋ ਪਹਿਲਾਂ ਡੇਰੇ ਦੇ ਨਾਲ ਸੀਗੇ, ਅੱਗੇ ਵਧੂ ਤਾਕਤਾਂ ਦਾ ਇੱਕ ਸਟੈਂਡ ਬੜਾ ਸਪਸ਼ਟ ਲਗਾਤਾਰ ਤਾਂ ਰਿਹਾ ਬਿਲਕੁਲ, ਪਰ ਪਿਛਲੀਆਂ ਚੋਣਾਂ ਵਿੱਚ ਸੀ ਪੀ ਆਈ ਦੇ ਜਿਹੜੇ ਉਮੀਦਵਾਰ ਜਿਹੜੇ ਹਰਦੇਵਰ ਸਿੰਘ ਜੀ ਉੱਥੇ ਜਾ ਰਹੇ ਡੇਰੇ 'ਚ, ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਗੁਰਪ੍ਰੀਤ ਜੀ, ਪਹਿਲੀ ਗੱਲ ਤਾਂ ਮੈਂ ਹੁਣ ਇਸ ਤੋਂ ਗੱਲ ਕਰਾਂ ਵੀ ਜਿਹੜਿਆਂ ਨੇ ਵਿਰੋਧ ਕੀਤਾ ਸਭ ਉਹਨਾਂ ਦੀ ਪਹਿਲਾਂ ਗੱਲ ਕਰੀ, ਜਿਨ੍ਹਾਂ ਨੇ ਇਹ ਗੱਲ ਕਿਹਾ ਵੀ ਉਹ ਜਿਹੜਾ ਪਖੰਡ ਕੀਤਾ ਉਸਨੇ ਉਹਦੇ ਵਿਰੋਧ ਕੀਤਾ, ਡਾਂਗਾਂ ਚੱਕੀਆਂ, ਉਹ ਵੀ ਡੇਰੇ ਖੜੇ ਸੀਗੇ ਇਸ ਇਲੈਕਸ਼ਨ 'ਚ, ਫਿਰ ਸਭ ਤੋਂ ਪਹਿਲਾਂ ਖੜੇ ਸੀਗੇ। ਸਭ ਤੋਂ ਮਾੜੀ ਜਿਹੀ ਗੱਲ ਤਾਂ ਇਹ ਹੈ ਇੱਕ ਪਾਸੇ ਉਸ ਗੱਲ ਦਾ ਵਿਰੋਧ ਵੀ ਇਹ ਕੋ ਕੀਤਾ ਅਤੇ ਇੱਕ ਪਾਸੇ ਵੋਟਾਂ ਮੰਗਣ ਲਈ ਉੱਥੇ ਖੜੇ। ਅਤੇ ਨਾਲ ਦੀ ਨਾਲ ਜਿਹੜਾ ਤੁਸੀਂ ਹਰਦੇਵ ਵਰਸ਼ੀ ਦੀ ਗੱਲ ਕੀਤੀ ਹੈ, ਸਭ ਤੋਂ ਵੱਧ ਦੁੱਖ ਤੁਹਾਨੂੰ ਪਤਾ ਕਿ ਆਪਾਂ ਨੂੰ ਹੋਇਆ ਸੀ ਅਤੇ ਆਪਾਂ ਟੈਲੀਫੋਨ 'ਤੇ ਆਪਣਾ ਮੈਸੇਜ ਸਾਂਝਾ ਕੀਤਾ ਸੀ, ਤੁਸੀਂ ਬਕਾਇਦਾ ਟਾਕ ਸ਼ੋਅ ਵੀ ਕੀਤਾ ਉਸ 'ਤੇ, ਅਤੇ ਉਹ ਤਾਂ ਇੱਕ ਅਗਾਂਹ ਵਧੂ ਵਿਅਕਤੀ ਜਦੋਂ ਇਹੋ ਜਿਹੀ ਗੱਲ ਕਰਦਾ ਹੈ ਅਤੇ ਮੈਂ ਸਮਝਦਾ ਵੀ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ, ਆਪਾਂ ਉਹਦੀ ਨਿਖੇਧੀ ਕੀਤੀ ਪੂਰੀ ਅਤੇ ਔਰ ਹੋਣੀ ਵੀ ਚਾਹੀਦੀ ਹੈ। ਅਤੇ ਜੇ ਤੁਸੀਂ ਕਿਸੇ ਅਕੀਦੇ ਦੇ ਖੜ੍ਹੇ ਹੋ ਤਾਂ ਤੁਹਾਨੂੰ ਆਪਦੇ ਅਕੀਦੇ ਦੇ ਖੜ੍ਹਨਾ ਚਾਹੀਦਾ। ਜੈਸਾ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਚਾਹੁੰਦਾ ਹੋਰ ਕਿ ਇਬਰਾਹਿਮ ਕਬੂਰ ਦੀ ਜਿਹੜੀ ਪੁਸਤਕ ਸੀ ਜਿਹੜੇ ਪੁਰਸ਼ਾਰ ਗਏ ਉਸਨੇ ਜਿਵੇਂ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਬਦਲਤੀ, ਹਾਂਜੀ, ਔਰ ਤਰਕਸ਼ੀਲ ਲਹਿਰ ਦੇ ਪੈਰ ਉੱਥੇ ਜਮਾਉਣ 'ਚ ਪੰਜਾਬ ਦੇ ਵਿੱਚ, ਉਸ ਕਿਤਾਬ ਨੇ ਦਾ ਬੜਾ ਕਿਤਾਬ ਬੜੀ ਸਹਾਈ ਸੀ। ਹਾਂਜੀ, ਇਬਰਾਹਿਮ ਕਬੂਰ ਪਿੱਛੋਂ ਕੇਰਲਾ ਤੋਂ ਸੀਗੇ, ਭਾਰਤ ਦੇ ਕੇਰਲਾ ਸੂਬੇ ਦਾ, ਮੈਨੂੰ ਕੇਰਲਾ ਜਾਣ ਦਾ ਮੌਕਾ ਮਿਲਿਆ ਉਸ ਵੇਲੇ ਜਦੋਂ ਕਮਿਊਨਿਸਟਾਂ ਦੀ ਸਰਕਾਰ ਸੀ ਉੱਥੇ, ਥਾਂ ਥਾਂ 'ਤੇ ਪ੍ਰਚਾਰ ਹੁੰਦਾ ਸੀ ਕਿ ਗੋਡਜ਼ ਓਨ ਕੰਟਰੀ, ਯਾਨੀ ਰੱਬ ਦੀ ਆਪਣੀ ਥਾਂ, ਜਦੋਂ ਕਿ ਇਬਰਾਹਿਮ ਕਬੂਰ ਦਾ ਕੋਈ ਯਾਦ ਕੋਈ ਨਿਸ਼ਾਨੀ ਉੱਥੇ ਨਜ਼ਰ ਨਹੀਂ ਸੀ ਆਉਂਦੀ। ਬਿਲਕੁਲ ਠੀਕ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਤਾਂ ਹੁਣ ਗੱਲ ਸਪਸ਼ਟ ਹੈ ਜੀ, ਆਪਾਂ ਨੂੰ ਪਤਾ ਹੈ ਵੀ ਜਿਹੜੀ ਸਟੇਟ ਹੈ ਉਹ ਲੋਕਾਂ ਨੂੰ ਮੂਰਖ ਬਣਾ ਕੇ ਰੱਖਣਾ ਚਾਹੁੰਦੀ ਹੈ। ਉਹਨਾਂ ਦਾ ਉਹਨਾਂ ਦੇ ਹੱਥ 'ਚ ਰਾਜ ਤਾਂ ਹੀ ਰਹਿ ਸਕਦਾ ਜੇ ਪ੍ਰੋਗਰੈਸਿਵ ਬੰਦਿਆਂ ਦੇ ਹੱਥ 'ਚ ਰਾਜ ਹੁੰਦਾ, ਤਾਂ ਫਿਰ ਉਹ ਇਸ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅੱਗੇ ਨਹੀਂ ਲੈ ਕੇ ਆਉਣਗੇ, ਉਹ ਜਿਹੜੀ ਆ ਪ੍ਰੋਗਰੈਸਿਵ ਸੋਚ ਆ ਉਸਨੂੰ ਅੱਗੇ ਲੈ ਕੇ ਆਉਣਗੇ, ਉਹ ਲੋਕਾਂ ਨੂੰ ਸੈਕੂਲਰ ਸੋਚ ਦੇ ਬਣਾਉਣਗੇ, ਉਹ ਲੋਕਾਂ ਨੂੰ ਵਿਗਿਆਨਕ ਸੋਚ ਦੇ ਬਣਾਉਣਗੇ। ਬੇਸ਼ੱਕ ਸਾਡੇ ਭਾਰਤ ਦੇ ਸੰਵਿਧਾਨ ਵਿੱਚ ਵੀ ਇਹ ਗੱਲ ਧਾਰਾ ਦਰਜ ਹੈ ਵੀ ਲੋਕਾਂ ਨੂੰ ਸੈਕੂਲਰ ਸੋਚ ਔਰ ਵਿਗਿਆਨਕ ਸੋਚ ਦੇਣੀ ਹੈ, ਪਰ ਉਹ 'ਤੇ ਅਮਲ ਨਹੀਂ ਜਿਹੜਾ ਹੋ ਨਹੀਂ ਹੋ ਰਿਹਾ, ਉਲਟ ਹੋ ਰਿਹਾ ਕੰਮ। ਸੋ ਉਹਨਾਂ ਦੀ ਇਹ ਲੋੜ ਹੈ, ਉਹ ਇਸ ਗੱਲ ਨੂੰ ਰੱਖਣਾ ਚਾਹੁੰਦੇ ਨੇ, ਬੇਸ਼ੱਕ ਕਮਿਊਨਿਸਟ ਹੋਣ, ਜੇ ਉਹਨਾਂ ਨੇ ਵੀ ਇਸ ਤਰ੍ਹਾਂ ਕੀਤਾ ਤਾਂ ਉਹਨਾਂ ਦਾ ਵੀ ਮੈਂ ਸਮਝਦਾ ਰੋਲ ਠੀਕ ਨਹੀਂਗਾ, ਉਹਨਾਂ ਨੂੰ ਤਾਂ ਘੱਟੋ ਘੱਟ ਆਪਦੇ ਸੂਬੇ ਦੇ ਵਿੱਚ ਇਹ ਕਰਨਾ ਚਾਹੀਦਾ ਸੀਗਾ। ਅਤੇ ਬਾਕੀ ਤਾਂ ਆਪਾਂ ਨੂੰ ਪਤਾ ਹੀ ਹੈ, ਫਿਰ ਉਹ ਤਾਂ ਧਰਮ ਦੇ ਆਸਰੇ 'ਤੇ ਸਾਰੇ ਦਾ ਰਾਜ ਕਰਨਾ, ਤਾਂ ਉਹਨਾਂ ਦੀ ਲੋੜ ਹੈ ਜੀ। ਗਿੱਲ ਸਾਹਿਬ, ਪ੍ਰੋਗਰਾਮ ਲਗਭਗ ਸਮਾਪਤੀ ਵੱਲ ਵੱਧ ਰਿਹਾ, ਇੱਕ ਮੈਂ ਸਵਾਲ ਖੇਡ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਜੀ। ਉਹ ਇਹ ਹੈ ਕਿ ਇੱਕ ਪਾਸੇ ਜਿੱਥੇ ਤਰਕਸ਼ੀਲ ਤਹਿਰੀਕ ਨੇ ਤਰੱਕੀ ਕੀਤੀ ਹੈ ਜੀ, ਨਵੀਆਂ ਪੁਲਾਂਗਾਂ ਪੁੱਟੀਆਂ ਨੇ, ਦੂਜੇ ਪਾਸੇ ਵਿਗਿਆਨ ਵੀ ਸਮੇਂ ਦੇ ਅਨੁਸਾਰ ਕਾਫ਼ੀ ਤਰੱਕੀ ਕਰ ਚੁੱਕਿਆ ਜੀ, ਪਰ ਇੱਕ ਦੁਖਾਂਤ ਹੈ ਕਿ ਇਸ ਵਿਗਿਆਨ ਦੀ ਤਰੱਕੀ ਦੇ ਬਾਵਜੂਦ ਅੰਧ ਵਿਸ਼ਵਾਸ ਜਿਹੜਾ ਹੈ ਉਹ ਵੱਧ ਰਿਹਾ, ਘੱਟ ਨਹੀਂ ਰਿਹਾ। ਕਦ ਅੰਧ ਵਿਸ਼ਵਾਸ ਜਿਹੜਾ ਹੁਣ ਉਸ ਵਿਗਿਆਨਿਕ ਤਰੱਕੀ ਦਾ ਲਾਭ ਉਠਾ ਕੇ, ਲਾਭ ਚੁੱਕ ਕੇ ਲੋਕਾਂ ਦੇ ਘਰੋਂ ਘਰ ਹੀ ਜਾ ਵੜਿਆ,
ਜਿਹੜੇ ਜਿਹੜੇ ਜੋਤਸ਼ੀ ਨੇ ਜਾਂ ਜਿਹੜੇ ਬਾਬੇ ਨੇ ਉਹਨਾਂ ਦਾ ਜਿਹੜਾ ਪ੍ਰਚਾਰ ਹੈ ਇਲੈਕਟ੍ਰੋਨਿਕ ਮੀਡੀਆ ਰਾਹੀਂ ਜਾਂ ਹੋਰ ਜਿਹੜੇ ਆਧੁਨਿਕ ਸੰਦਾਂ ਰਾਹੀਂ ਉਹ ਲੋਕਾਂ ਤੱਕ ਬੜੇ ਸਫਲਤਾਪੂਰਵਕ ਢੰਗ ਨਾਲ ਪਹੁੰਚ ਰਹੇ ਨੇ। ਇਹ ਜਿਹੜਾ ਦੁਖਾਂਤ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਘੱਟ ਮਿਸਾਲਾਂ ਨੇ, ਜਿਵੇਂ ਕਮਲਜੀਤ ਥਿੰਦ ਜਿਹੜੇ ਸੰਚਾਲਕ ਨੇ ਪੰਜਾਬੀ ਕਲਮਾਂ ਦੇ ਜੀ, ਮੈਂ ਦਾਅ ਦੇਣੀ ਚਾਹਾਂਗਾ ਉਹਨਾਂ ਨੂੰ ਕਿ ਉਹਨਾਂ ਕੋਲ ਵੀ ਬਾਬਿਆਂ ਦੀ ਮਸ਼ਹੂਰੀਆਂ ਲਈ ਪ੍ਰਸਤਾਵ ਆਏ ਬਿਲਕੁਲ ਜਿਹੜੇ ਉਹਨਾਂ ਨੇ ਠੁਕਰਾ ਤੇ ਜੀ। ਹਾਲਾਂਕਿ ਇਸ ਪਦਾਰਥਵਾਦੀ ਸਮਾਜ ਵਿੱਚ ਕਿਸੇ ਨੂੰ ਪੈਸੇ ਚੁੱਭਦੇ ਨਹੀਂ, ਬਿਲਕੁਲ ਠੀਕ ਹੈ, ਪਰ ਇਹ ਉਹਨਾਂ ਦੀ ਦਾਦਣੀ ਬਣਦੀ ਹੈ ਜੀ। ਬਹੁਤ ਘੱਟ ਨੇ ਲੋਕ ਇਹੋ ਜਿਹੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੁਖਾਂਤ ਬਾਰੇ? ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦਾ ਉਹ ਹਿੱਸਾ ਜਿਹੜਾ ਆਪਾਂ ਕਮਲਜੀਤ ਥਿੰਦ ਹੋਣਾ ਦੀ ਗੱਲ ਕੀਤੀ ਹੈ ਜਾਂ ਹੋਰ ਵੀ ਚਾਹੇ ਅਖਬਾਰ ਨੇ, ਰੇਡੀਓ ਨੇ, ਟੀ ਵੀ ਚੈਨਲ ਨੇ, ਜਿਹੜੇ ਇਹਨਾਂ ਦਾ ਪ੍ਰਚਾਰ ਨਹੀਂ ਕਰਦੇ, ਇਹਨਾਂ ਇਸ ਗੱਲ ਤੋਂ ਬਚਦੇ ਨੇ, ਮੈਂ ਵੀ ਉਹਨਾਂ ਦਾ ਬਹੁਤ ਦਿਲੋਂ ਰਿਣੀ ਧੰਨਵਾਦੀ ਹਾਂ। ਸਾਨੂੰ ਹੋਣਾ ਵੀ ਚਾਹੀਦਾ ਬਿਲਕੁਲ, ਪਰ ਗੱਲ ਹੁਣ ਤੁਹਾਡੇ ਨੁਕਤੇ 'ਤੇ ਆ ਜਾ ਵੀ ਜਿਹੜੀ ਗੱਲ ਕੋਈ ਵੀ ਚੀਜ਼ ਜਦੋਂ ਹੁੰਦੀ ਆ ਜੇ ਉਹਦਾ ਕੋਈ ਜਿਹੜਾ ਫਾਇਦਾ ਉਹਦਾ ਉਹਦਾ ਦੂਸਰਾ ਪਾਸਾ ਵੀ, ਸਿੱਕੇ ਦੇ ਦੋਨੋਂ ਪਾਸੇ ਹੁੰਦੇ ਨੇ, ਉਹਦੇ ਨੁਕਸਾਨ ਵੀ ਹੁੰਦੇ ਆ। ਮਿਸਾਲ ਦੇ ਤੌਰ 'ਤੇ ਸਾਇੰਸ ਨੇ ਤਰੱਕੀ ਕੀਤੀ ਹੈ ਅਤੇ ਸਾਇੰਸ ਦੀ ਉਸ ਤਰੱਕੀ ਤੋਂ ਐਟਮ ਬੰਬ ਵੀ ਬਣਾਏ, ਮਨੁੱਖਤਾ ਦਾ ਵਿਨਾਸ਼ ਵੀ ਕੀਤਾ ਹੈ। ਸੋ ਇਸੇ ਤਰ੍ਹਾਂ ਜਿੰਨੀ ਤਰੱਕੀ ਅਸੀਂ ਕਰ ਰਹੇ ਹਾਂ ਉਹਦਾ ਜਿਹੜਾ ਫਾਇਦਾ ਆ ਉਹ ਸਗਾਂ ਘੱਟ ਪਹੁੰਚ ਰਿਹਾ, ਲੋਕਾਂ ਨੂੰ ਨੁਕਸਾਨ ਜਿਹੜਾ ਹੈਗਾ ਵੱਧ ਹੋ ਰਿਹਾ, ਕਿਉਂਕਿ ਐਜੂਕੇਟਰ ਪ੍ਰੋਗਰਾਮ ਨਹੀਂ ਆ ਰਹੇ ਲੋਕਾਂ ਨੂੰ। ਹੁਣ ਤੁਸੀਂ ਟੀ ਵੀ ਦੇ ਰੋਲ ਹੀ ਦੇਖ ਲਓ ਵੀ ਟੀ ਵੀ ਦੇ ਉੱਪਰ 24 ਘੰਟੇ ਚੱਲਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਿਹੋ ਜਿਹੇ ਕਿਸ ਕਿਸਮ ਦੇ ਸੀਰੀਅਲ ਆ ਰਹੇ ਨੇ, ਕਿਸ ਕਿਸਮ ਦੇ ਗੀਤਾਂ ਦੇ ਪ੍ਰੋਗਰਾਮ ਆ ਰਹੇ ਨੇ, ਕਿੰਨੇ ਕੁ ਐਜੂਕੇਟਰ ਪ੍ਰੋਗਰਾਮ ਉੱਥੇ ਆ ਰਹੇ ਨੇ। ਹਾਂਜੀ, ਅਤੇ ਇਸੇ ਤਰ੍ਹਾਂ ਹੁਣ ਐਡਾਂ ਐਡਵਰਟਾਈਜ਼ਮੈਂਟਸ ਤੁਸੀਂ ਦੇਖ ਲਓ ਚਾਹੇ ਕਿਸੇ ਵੀ ਥਾਂ ਆ, ਅਤੇ ਇੱਕ ਅਖਬਾਰ 'ਚ ਚੱਕ ਲਓ, ਇੱਕ ਇੱਕ ਅਖਬਾਰ ਦੇ ਵਿੱਚ 70-70 ਜੇ ਐਡ ਦਿਸਦੀਆਂ ਨੇ ਅਤੇ ਸਾਨੂੰ ਪਤਾ ਲੱਗ ਹੀ ਰਿਹਾ ਵੀ ਫਿਰ ਮੀਡੀਆ ਦਾ ਦੀ ਦੁਰਵਰਤੋਂ ਕਿਵੇਂ ਹੋ ਰਹੀ ਹੈ ਜੀ, ਔਰ ਬਹਾਨਾ ਸਿਰਫ ਇਹ ਵੀ ਅਸੀਂ ਇਹਨੂੰ ਕਾਰੋਬਾਰ ਨੂੰ ਚਲਾਉਣਾ ਹੈ। ਅਤੇ ਮੈਂ ਉਹ ਮੀਡੀਆ ਨਹੀਂ ਕਹਿੰਦਾ, ਮੈਂ ਉਹਨੂੰ ਵਪਾਰ ਕਹਿੰਦਾ, ਬਿਜ਼ਨਸ ਤਾਂ ਹੈ ਉਹ ਮੀਡੀਆ ਨੇ, ਮੀਡੀਆ ਦਾ ਦੇ ਕੁਛ ਐਥਿਕਸ ਹੁੰਦੇ ਨੇ, ਫਰਜ਼ ਹੁੰਦੇ ਨੇ ਜੀ। ਸੋ ਬਹੁਤ ਚੰਗਾ ਮੀਡੀਆ ਜਿਹੜਾ ਕੰਮ ਕਰ ਰਿਹਾ ਉਹ ਨਿਭਾ ਰਿਹਾ ਉਹਨਾਂ ਐਥਿਕਸ ਨੂੰ, ਬਹੁਤ ਚੰਗੇ ਤੁਹਾਡੇ ਵਰਗੇ ਸੱਜਣ ਜਿਹੜੇ ਆ ਉਹ ਡਟ ਕੇ ਖੜ੍ਹਦੇ ਵੀ ਨੇ ਸਪੋਰਟ 'ਚ ਵੀ ਅਤੇ ਉਹ ਨਿਭਾ ਵੀ ਰਹੇ ਨੇ, ਪਰ ਕੁਝ ਐਸੇ ਵੀ ਹੈ ਜਿਨ੍ਹਾਂ ਦਾ ਜਿਹੜੇ ਸ਼ਾਮ ਨੂੰ ਸਾਡੇ ਖਿਲਾਫ ਵੀ ਉਹਨਾਂ ਨੇ ਬੋਲਣਾ ਹੁੰਦਾ ਅਤੇ ਉਹ ਆਪਦਾ ਕੰਮ ਕਰ ਰਿਹਾ, ਆਪਾਂ ਆਪਦਾ ਕੰਮ ਕਰਨਾ। ਗਿੱਲ ਸਾਹਿਬ, ਮੈਂ ਤੁਹਾਨੂੰ ਧੰਨਵਾਦ ਦੀ ਸਟੂਡੀਓ 'ਚ ਆਉਣ ਲਈ। ਅਖੀਰ 'ਚ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਇੱਥੋਂ ਦੀਆਂ ਕੁਝ ਗਤੀਵਿਧੀਆਂ ਦੱਸਣੀ ਚਾਹੋ ਜਾਂ ਕੋਈ ਇੱਥੋਂ ਦੇ ਸਮਾਚਾਰ ਕਿ ਇੱਥੇ ਅੱਜ ਕੱਲ੍ਹ ਕੀ ਗਤੀਵਿਧੀਆਂ ਨੇ ਤਰਕਸ਼ੀਲ ਸਭਾ ਦੀਆਂ? ਜੀ, ਜਿਵੇਂ ਤੁਹਾਨੂੰ ਪਤਾ ਹੈ ਜੀ, ਸਾਡੇ ਦਰਸ਼ਕ ਵੀ ਜਾਣਦੇ ਨੇ ਇਸ ਗੱਲ ਨੂੰ, ਅਸੀਂ ਸਾਲ ਦੇ ਵਿੱਚ ਇੱਕ ਪ੍ਰੋਗਰਾਮ ਅੱਗੇ ਕਰਵਾਉਂਦੇ ਸੀਗੇ, ਹੁਣ ਅਸੀਂ ਉਹ ਪ੍ਰੋਗਰਾਮ ਸਾਲ 'ਚ 2 ਕਰ ਦਿੱਤੇ। ਇੱਕ ਪ੍ਰੋਗਰਾਮ ਅਸੀਂ ਹੁਣ 18 ਮਾਰਚ ਨੂੰ ਐਬਸਪੋਰਟ 'ਚ ਕਰਕੇ ਹਟੇ ਹਾਂ, ਔਰ ਨਾਲ ਦੀ ਨਾਲ ਅਸੀਂ ਐਬਸਪੋਰਟ ਵਿੱਚ ਇੱਕ ਯੂਨਿਟ ਸਥਾਪਿਤ ਕੀਤਾ, ਨਵਾਂ ਯੂਨਿਟ ਬਣਾਇਆ ਉੱਥੇ, ਉਹ ਹੁਣ ਵੱਖਰੇ ਤੌਰ 'ਤੇ ਐਜ਼ ਏ ਯੂਨਿਟ ਇਕਾਈ ਇਸੇ ਸੁਸਾਇਟੀ ਦੀ ਹੋਣਗੇ, ਯੂਨਿਟ ਵੱਖਰੇ ਤੌਰ 'ਤੇ ਕੰਮ ਕਰਨਗੇ ਆਜ਼ਾਦਾਨਾ। ਸੋ ਅਸੀਂ ਹੁਣ ਸਰੀ ਵਾਲਾ ਸਾਡਾ ਜਿਹੜਾ ਯੂਨਿਟ ਕਹਿ ਲਓ ਜਾਂ ਵੈਂਕੂਵਰ ਦਾ ਹੈੱਡਕੁਆਰਟਰ ਵਾਲਾ ਯੂਨਿਟ ਕਹਿ ਲਓ, ਅਸੀਂ ਇਸ ਨੂੰ ਦੁਬਾਰਾ ਰੀਓਰਗਨਾਈਜ਼ ਕਰਨਾ ਅਤੇ 17 ਜੂਨ ਨੂੰ ਅਸੀਂ ਚੋਣ ਰੱਖੀ ਹੋਈ ਹੈ। ਉਸ ਦਿਨ ਅਸੀਂ ਬੇਨਤੀ ਕਰਦੇ ਹਾਂ ਸਾਡੇ ਸਰੋਤਿਆਂ ਦੇ ਵਿੱਚੋਂ ਵੀ ਜਿਹੜੇ ਥੋੜ੍ਹੀ ਜਿਹੀ ਪ੍ਰੋਗਰੈਸਿਵ ਸੋਚ ਰੱਖਦੇ ਆ, ਜਿਹੜੇ ਥੋੜ੍ਹਾ ਜਿਹਾ ਵੀ ਸਮਝਦੇ ਆ ਕਿ ਤਰਕਸ਼ੀਲ ਲਹਿਰ ਅੱਛੀ ਲਹਿਰ ਆ ਲੋਕਾਂ 'ਚ ਜਾਣੀ ਚਾਹੀਦੀ ਹੈ, ਉਹਨਾਂ ਨੂੰ ਸਾਡੇ ਨਾਲ ਸਾਨੂੰ ਸਪੋਰਟ ਕਰਨ ਦੇ ਲਈ, ਸਾਡੀ ਸੁਸਾਇਟੀ ਦੇ ਮੈਂਬਰ ਬਣਨ ਲਈ ਸਾਡੇ ਨਾਲ ਉਸ ਦਿਨ 17 ਜੂਨ ਨੂੰ ਸੈਂਟਰ ਜਿਹੜਾ 7536130 ਸਟੀਟ ਹੈ, ਪ੍ਰੋਗਰੈਸਿਵ ਕਲਚਰ ਸੈਂਟਰ, 2 ਵਜੇ ਉੱਥੇ ਰੱਖੀਏ ਚੋਣ, ਉੱਥੇ ਆਉਣ, ਸਾਡੇ ਨਾਲ ਸ਼ਾਮਿਲ ਹੋਣ, ਸਾਡੀ ਮਦਦ ਕਰਨ। ਅਸੀਂ ਇਹ ਲੋਕਾਂ ਨੂੰ ਇਸ ਗੱਲ ਦੀ ਉਮੀਦ ਰੱਖਦੇ ਹਾਂ ਅਤੇ ਕਿਉਂਕਿ ਜੇ ਲਹਿਰ ਨੂੰ ਅੱਗੇ ਲੈ ਕੇ ਜਾਣਾ, ਜੇ ਆਪਾਂ ਸੱਚੀ ਜਿਹੜੇ ਲੋਕ ਹਮਦਰਦ ਨੇ ਚਾਹੁੰਦੇ ਨੇ, ਦਿਲੋਂ ਚਾਹੁੰਦੇ ਨੇ ਕਿ ਤਰਕਸ਼ੀਲ ਮੂਵਮੈਂਟ ਅੱਗੇ ਵਧੇ, ਲੋਕ ਸਿਆਣੇ ਹੋਣ, ਲੋਕ ਵਿਗਿਆਨਕ ਸੋਚ ਦੇ ਧਾਰਨੇ ਹੋਣ, ਤਾਂ ਉਹਨਾਂ ਨੂੰ ਸਾਨੂੰ ਸਪੋਰਟ ਜਿਹੜੀ ਹੈਗੀ ਹੈ ਉਹ ਦੇਣੀ ਚਾਹੀਦੀ ਹੈ। ਇਸ ਗੱਲ ਦੀ ਮੈਂ ਆਸ ਰੱਖਦਾ ਅਤੇ ਹੁਣ ਸਾਲ 'ਚ 2 ਪ੍ਰੋਗਰਾਮ ਅਸੀਂ ਕਰਵਾਇਆ ਕਰਾਂਗੇ, ਅਕਤੂਬਰ ਵਿੱਚ ਵੀ ਸ਼ਾਇਦ 2 ਹੀ ਕਰਾਵਾਂਗੇ, ਐਬਸਪੋਰਟ ਔਰ ਸਰੀ ਵਿੱਚ ਕਰਾਵਾਂਗੇ। ਅਕਤੂਬਰ 'ਚ ਹਰ ਸਾਲ ਅਸੀਂ ਸਰੀ 'ਚ ਪ੍ਰੋਗਰਾਮ ਕਰਦੇ ਹਾਂ। ਮੈਂ ਉਮੀਦ ਕਰਦਾ ਤੁਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੋ ਔਰ ਇਸੇ ਤਰ੍ਹਾਂ ਛੱਟਾ ਚਾਨਣ ਦਾ ਦਹੀਂ ਚੱਲੋ ਔਰ ਖੁਸ਼ ਰਹੋ, ਤੰਦਰੁਸਤ ਰਹੋ। ਬਹੁਤ ਬਹੁਤ ਮੁਬਾਰਕਬਾਦ ਸਥਾਪਨਾ ਦਿਵਸ ਤੇ। ਤੁਹਾਡਾ ਬਹੁਤ ਬਹੁਤ ਧੰਨਵਾਦ ਥਿੰਦ ਸਾਹਿਬ ਦਾ ਧੰਨਵਾਦ, ਅਤੇ ਅਸੀਂ ਤੁਹਾਡੇ ਸਹਿਯੋਗ ਨਾਲ ਹੀ ਅੱਗੇ ਵੱਧ ਸਕਣਾ ਜੀ, ਜਿਸ ਤਰ੍ਹਾਂ ਤੁਸੀਂ ਸਾਨੂੰ ਸਪੋਰਟ ਕੀਤੀ ਹੈ, ਆਉਣ ਵਾਲੇ ਸਮੇਂ 'ਚ ਵੀ ਸਾਨੂੰ ਇਸ ਤਰ੍ਹਾਂ ਸਪੋਰਟ ਮਿਲਦੀ ਰਹੀ ਤਾਂ ਜ਼ਰੂਰ ਅਸੀਂ ਇਸ ਮਿਸ਼ਨ 'ਚ ਅੱਗੇ ਵਧਾਂਗੇ। ਬਿਲਕੁਲ, ਥੈਂਕ ਯੂ, ਸ਼ੁਕਰੀਆ। Saiban, aaj bazaar ki ka din hai, position, lose.